ਚੈੱਕ ਕਰ ਸਕਦੇ ਹਾਂ। ਅੱਜ ਇਹ ਤੁਹਾਨੂੰ ਅੱਜ ਤੋਂ 3 ਮਹੀਨਿਆਂ ਨੂੰ ਟਰੈਕਟਰ ਦੁਬਾਰੇ ਦਿਖਾਵਾਂਗੇ ਆਪਾਂ, ਸਾਰਾ ਟਰੈਕਟਰ ਦੁਬਾਰੇ ਚੈੱਕ ਕਰਾਵਾਂਗੇ। ਕਿਆ ਦੇਖ ਲਓ, ਇਹਨਾਂ ਦੇ ਜੁਗਾੜ ਲਾਏ ਹੋਏ ਬਾਈਆਂ ਦੀ, ਇੱਕ ਸਿਲੰਡਰ ਦੀ ਲਿਆਏ ਨੇ ਏਡੀ ਦੂਰੋਂ, ਅਤੇ ਆਹ ਟੈਂਕ ਦੀ ਲੋੜ ਹੋਈ ਕਿਸੇ ਬਿੰਦੇ ਨੂੰ, ਕਈ ਵਾਰ ਟੈਂਕ ਦੀ ਲੋੜ ਹੁੰਦੀ ਆ, ਟੈਂਕ ਇਹਨਾਂ ਨੇ ਸਪੈਸ਼ਲੀ ਲਾਇਆ ਗਾ। ਇਹ ਟੈਂਕ ਸਾਰੀਆਂ ਢੱਲਾਂ ਕੱਢਾਂਗੇ ਆਪਾਂ, ਕੋਈ ਨਹੀਂ ਛੱਡਦੇ। ਕਿਸਾਨ ਭਰਾਵੋ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਅੱਜ ਗੁਰੂ ਨਾਨਕ ਟਰੈਕਟਰ ਵਰਕਸ਼ਾਪ ਸੰਗਰੂਰ ਰੋਡ ਧਨੌਲਾ ਦੇ ਨਾਲ, ਮੈਂ ਤੁਹਾਡਾ ਵੀਰ ਗੁਰਜੰਟ ਧਨੌਲਾ। ਅੱਜ ਦੀ ਵੀਡੀਓ ਹੈਗੀ ਬਾਈ ਐਮ ਪੀ ਆਰ ਦੇ ਨਾਮ, ਇਹ ਆਪਣੇ ਕੋਲ ਟਰੈਕਟਰ ਇਹ ਮੋਡੀਫਾਈ ਕਰਾਉਣ ਵਾਸਤੇ ਆਏ ਹੋਏ ਨੇ ਜੀ, ਅਤੇ ਇਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ ਪਹਿਲਾਂ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਆਇਆ ਤੁਹਾਨੂੰ, ਤੁਸੀਂ ਸਾਡੇ ਪੰਜਾਬ 'ਚ ਆਏ ਹੋਗੇ? ਮੋਡੀਫਾਈ ਕਰਾਉਣੇ ਆਏ ਹਾਂ। ਠੀਕ ਹੈ, ਆਪ ਦੇ ਦੌਰੇ ਧਨੌਲਾ ਇਨ ਪੰਜਾਬ, ਅਸੀਂ ਇਹਨੂੰ ਲੈ ਕੇ ਚੱਲੇ ਤੇ ਪਰਸੋ 3 ਦਿਨਾਂ 'ਚ ਆ ਕੇ ਇੱਥੇ ਲੱਗੇ ਨੇ। 3 ਦਿਨ ਲੱਗ ਗਏ? 3 ਦਿਨ ਲੱਗੇ ਸਾਨੂੰ ਆਉਣੇ 'ਚ ਇੱਥੇ ਤੱਕ। ਠੀਕ ਹੈ, ਕਿੰਨਾ ਹੋ ਗਿਆ ਆਪਣਾ ਨਾਮ? ਆਕਾਸ਼ ਧਨੋਵਾ। ਆਕਾਸ਼ ਧਨੋਵਾ, ਆਕਾਸ਼ ਧਨੋਵਾ ਇਹਨਾਂ ਦਾ ਨਾਮ ਹੈਗਾ। ਗਾਓਂ ਕਿਹੜਾ ਬੋਲੇ? ਗਾਓਂ ਤਾਰਪੁਰ ਗਰਬੀ, ਜ਼ਿਲ੍ਹਾ ਮਰੋਆ, ਯੂਪੀ ਇਹ ਆਏ ਹਾਂ ਅਸੀਂ। ਠੀਕ ਹੈ, ਤੁਹਾਡੇ ਵਾਲੇ ਬੰਦੇ ਨੂੰ ਉੱਧਰ ਦੱਸੀ ਤੁਹਾਡੇ ਵੀ ਬੋਲੀ ਜੇ? ਹਾਂ, ਹੈ ਉੱਥੇ ਵਾਲੀ। ਅੱਛੀ, ਅਸੀਂ ਆਪਣੇ ਉੱਥੇ ਜੋ ਇੱਥੇ ਉੱਥੇ ਤਾਂ ਬੋਲਦੇ ਹਾਂ, ਇੱਥੇ ਥੋੜ੍ਹੇ ਜੈਸੇ ਆਏ ਹਾਂ, ਅਸੀਂ ਬੋਲ ਰਹੇ ਹਾਂ। ਅੱਜ ਅਸੀਂ ਆਪਣੇ ਘਰ ਜਾਏਂਗੇ, 3 ਦਿਨਾਂ ਲੱਗੇ ਇੱਥੇ ਆਏਗਾ ਅਸੀਂ। ਇਹ ਬਾਈ ਆਪਣੇ ਕੋਲ ਯੂਪੀ 'ਚ? ਯੂਪੀ 'ਤੇ, ਯੂਪੀ 'ਤੇ। ਇਹ ਬਾਈ ਯੂਪੀ 'ਚ ਆਏ ਨੇ ਆਪਣੇ ਕੋਲ, ਮਾਡਲ ਕਿਹੜਾ ਇਹ? ਮਾਡਲ 99 ਮਾਡਲ ਇਹ ਆ, ਇਹ 99 ਮਾਡਲ ਆ ਟਰੈਕਟਰ, ਅਤੇ ਆਪਾਂ ਫੁੱਲ ਮੋਡੀਫਾਈ ਕਰਕੇ ਦੇਣਾ। ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਪੰਜਾਬ ਵਾਲੇ ਟਰੈਕਟਰਾਂ ਦਾ ਅਤੇ ਯੂਪੀ ਵਾਲੇ ਟਰੈਕਟਰਾਂ ਦਾ ਕੀ ਫਰਕ ਹੈ, ਇਹ ਆਪਾਂ ਕਿੰਨੀ ਸੰਭਾਲ ਰੱਖਦੇ ਹਾਂਗੇ, ਅਤੇ ਇਹਨਾਂ ਦਾ ਕਿੰਨਾ ਕੰਮ ਲੈਂਦੇ ਨੇ ਜਾਂ ਕੀ ਕਰਦੇ ਨੇਗੇ? ਤੁਸੀਂ ਪਹਿਲਾਂ ਬੈਂਪਰ ਦੇਖੋ, ਇਹਨਾਂ ਦਾ ਬੈਂਪਰ ਕਿਸ ਤਰ੍ਹਾਂ ਦਾ ਬਣਿਆ ਹੋਇਆ ਸਾਰਾ, ਅਤੇ ਉਦੋਂ ਬਾਅਦ ਤੁਸੀਂ ਸ਼ੋਅ ਦੀ ਕੰਡੀਸ਼ਨ ਦੇਖੋ ਇਹਨਾਂ ਦੀ। ਸਾਡੇ ਸੰਭਾਈ 'ਚ ਵਾਲਾ ਰੱਖਦੇ ਆ, ਸਾਫ ਵਾਲਾ ਰੱਖਦੇ ਆ ਜੀ, ਦੇਖ ਲਓ। ਅਤੇ ਜਿਹੜਾ ਇਹਦਾ ਇੰਜਨ ਵਗੈਰਾ ਤੁਸੀਂ ਇਹ ਵੀ ਚੈੱਕ ਕਰ ਸਕਦੇ ਹੋ। ਅੱਜ ਇਹ ਤੁਹਾਨੂੰ ਅੱਜ ਤੋਂ 3 ਮਹੀਨਿਆਂ ਨੂੰ ਟਰੈਕਟਰ ਦੁਬਾਰੇ ਦਿਖਾਵਾਂਗੇ ਆਪਾਂ, ਸਾਰਾ ਟਰੈਕਟਰ ਦੁਬਾਰੇ ਚੈੱਕ ਕਰਾਵਾਂਗੇ, ਰਿੰਬ ਵਗੈਰਾ ਵੀ ਸਾਰੇ ਦਿਖਾ ਦੇ ਬਾਈਆਂ ਨੂੰ। ਸਾਰੀਆਂ ਢੱਲਾਂ ਕੱਢਾਂਗੇ ਆਪਾਂ, ਕੋਈ ਨਹੀਂ ਛੱਡਦੇ। ਤੇ ਆਹ ਟੈਂਕੀ ਦਿਖਾ ਦਿਓ ਸਾਰੀ, ਇੱਧਰ ਬੈਕ ਸਾਈਡ ਤੇ ਸਾਨੂੰ ਦਿਖਾਉਣੇ ਆ ਵੀ ਟਰੈਕਟਰ ਐਮਪੀ ਜੋ ਆਇਆ ਇਹ, ਤੇ ਜਿੱਦਾਂ ਇਹ ਜਾਊਗਾ ਟਰੈਕਟਰ ਤੁਹਾਨੂੰ ਉੱਦਾਂ ਵੀ ਦਿਖਾਵਾਂਗੇ ਆਪਾਂ ਵੀਡੀਓ ਦੇ ਵਿੱਚ, ਤੁਸੀਂ ਦੇਖ ਸਕਦੇ ਹੋ ਸਾਰਾ ਟਰੈਕਟਰ, ਤੇ ਜਿਹੜੀ ਇਹਦੀਆਂ ਆਹ ਢਿੱਲਾਂ ਵਗੈਰਾ ਨੇ ਆਹ ਸਾਰੀਆਂ ਕੱਢਾਂਗੇ ਆਪਾਂ। ਆਹ ਦੇਖ ਸਕਦੇ ਹੋ ਸੰਗਲ ਸੁੰਗਲ ਇਹਨਾਂ ਨੇ ਕਿਸ ਤਰ੍ਹਾਂ ਪਾਏ ਨੇ, ਅਤੇ ਜਿਹੜੀਆਂ ਆਹ ਢਿੱਲਾਂ ਨੇਗੀਆਂ ਇਹ ਸਾਰੀਆਂ ਕੱਢ ਕੇ ਦੇਵਾਂਗੇ ਆਪਾਂ ਇਹਨਾਂ ਨੂੰ। ਆਹ ਆਹ ਸੀਟ ਸੂਟ ਜੇ ਕਿਸੇ ਨੇ ਲਾਉਣੀ ਹੁੰਦੀ ਹੈ, ਕਈ ਵਾਰ ਤੁਸੀਂ ਦੇਖ ਲਓ ਸੀਟ ਕਿੰਨੀ ਵਧੀਆ। ਬਾਕੀ ਇਹਨਾਂ ਦੇ ਜੁਗਾੜ ਤੁਹਾਨੂੰ ਹੋਰ ਦਿਖਾਉਂਦੇ ਹਾਂ, ਰਿੰਬ ਵਗੈਰਾ ਦੇਖ ਲਓ ਤੁਸੀਂ ਸਾਰਾ ਵੀਡੀਓ ਦੇ ਵਿੱਚ ਪਹਿਲਾਂ। ਇਹ ਵੀਡੀਓ ਜੀ ਥੋੜ੍ਹੀ ਤੁਹਾਨੂੰ ਸਟਾਰਟਿੰਗ ਦੇ ਵਿੱਚ ਪਾਵਾਂਗੇ ਅਗਲੀ ਵੀਡੀਓ ਦੇ ਵਿੱਚ। ਅਤੇ ਇੱਧਰਲੀ ਸਾਈਡ 'ਤੇ ਜਿਹੜੀਆਂ ਆਹ ਢਿੱਲਾਂ ਵਗੈਰਾ ਨੇ ਸਾਰੀਆਂ ਟੋਟਲ ਇਹ ਕੱਢਾਂਗੇ। ਕਿਆ ਦੇਖ ਲਓ, ਇਹਨਾਂ ਦੇ ਜੁਗਾੜ ਲਾਏ ਹੋਏ ਬਾਈਆਂ ਦੀ, ਇੱਕ ਸਿਲੰਡਰ ਦੀ ਲਿਆਏ ਨੇ ਏਡੀ ਦੂਰੋਂ, ਅਤੇ ਆਹ ਟੈਂਕ ਦੀ ਲੋੜ ਹੋਈ ਕਿਸੇ ਬਿੰਦੇ ਨੂੰ, ਕਈ ਵਾਰ ਟੈਂਕ ਦੀ ਲੋੜ ਹੁੰਦੀ ਆ, ਟੈਂਕ ਇਹਨਾਂ ਨੇ ਸਪੈਸ਼ਲੀ ਲਾਇਆ ਗਾ। ਇਹ ਟੈਂਕ ਬਹੁਤ ਵਧੀਆ ਗਾ। ਅਤੇ ਆਹ ਦੇਖ ਲਓ ਇੱਧਰੋਂ ਵੈਲਡਿੰਗ ਵਗੈਰਾ ਸਾਰੀ, ਇਹ ਸਾਰਾ ਆਪਾਂ ਜਿਹੜਾ ਕੰਮ ਆ ਇਹਦਾ ਸਾਰਾ ਟੋਟਲ ਕਰਕੇ ਦੇਵਾਂਗੇ। ਟਾਇਰ ਦਿਖਾਓ ਇੱਥੋਂ, ਆਪਣੇ ਬੰਦੇ ਨੇ ਕਿਸੇ ਨੇ 50 ਕਿਲੋਮੀਟਰ ਜਾਣਾ ਹੁੰਦਾ, ਪਹਿਲਾਂ ਬ੍ਰੇਕਾਂ ਦਾ ਫਿਕਰ ਪੈ ਜਾਂਦਾ। ਇੱਕ ਸਿਲੰਡਰ ਦੀ ਲਿਆ ਹੈ 400 ਕਿਲੋਮੀਟਰ ਦੇ ਬੰਦੇ। ਅਤੇ ਇੱਧਰ ਥੱਲੇ ਤੁਹਾਨੂੰ ਦਿਖਾਉਂਦੇ ਚੁੱਲ੍ਹਾ, ਇਹ ਬਿਲਡਿੰਗ ਹੋਇਆ ਹੋਇਆ ਸਾਰਾ, ਇੱਧਰਲੀ ਸਾਈਡ ਤੋਂ ਵੀ ਇਹ ਥੱਲੋਂ ਸਾਰਾ ਖਤਮ ਹੈਗਾ, ਦੇਖ ਸਕਦੇ ਹੋਗੇ ਸਾਰਾ ਇਹਦਾ
ਜੋ ਜੁਗਾੜ ਇਹ ਸਾਰਾ ਆਪਾਂ ਬਦਲਾਂਗੇ ਅਤੇ ਜਿਹਨਾਂ ਦਾ ਹੀਟਰ ਵਗੈਰਾ ਆਹ ਪਾਣੀ ਵਾਲਾ ਇਹ ਸਾਰਾ ਚੇਂਜ ਕਰਾਂਗੇ ਅਤੇ ਅੰਦਰੋਂ ਵੀ ਚੁੱਲ੍ਹਾ ਵੈਲਡਿੰਗ ਆ ਸਾਰਾ ਦਿਖਾ ਦਿਉ ਇੱਕ ਥਾਂ ਭਰਾਵੋ ਤੁਸੀਂ ਦੱਸਿਓ ਕਮੈਂਟਾਂ ਦੇ ਵਿੱਚ ਵੀ ਇਹ ਟਰੈਕਟਰ ਅੱਜ ਤੁਹਾਨੂੰ ਕਿਹੋ ਜਿਹਾ ਲੱਗਿਆ ਅਤੇ ਇਸ ਤੋਂ ਬਾਅਦ 6 ਮਹੀਨਿਆਂ ਬਾਅਦ ਜਦੋਂ ਆਪਾਂ ਤੁਹਾਨੂੰ ਦੁਬਾਰੇ ਵੀਡੀਓ ਦੇ ਵਿੱਚ ਪਾਵਾਂਗੇ ਇਹ ਟਰੈਕਟਰ ਉੱਥੇ ਤੁਹਾਨੂੰ ਦੱਸਿਓ ਵੀ ਇਹਦਾ ਅਤੇ ਉਹਦਾ ਕਿੰਨਾ ਅੰਤਰ ਪੈ ਗਿਆ ਅਤੇ ਆਪਣੇ ਕੋਲ ਬਾਈ ਐਮ ਪੀ ਜੋ ਆਏ ਨੇ ਆਪਾਂ ਇਹਨਾਂ ਧੰਨਵਾਦ ਕਰਦੇ ਹਾਂ ਕਿ ਆਪਣੇ ਕੋਲ ਐਡੀ ਦੂਰ ਕੰਮ ਕਰਾਉਣ ਵਾਸਤੇ ਆਏ ਨੇਗੇ ਬਾਕੀ ਟਰੈਕਟਰ ਦੀ ਸਾਰੀ ਕੰਡੀਸ਼ਨ ਦੇਖ ਹੀ ਲਈ ਹੈਗੀ ਅਤੇ ਜਿੱਦਾਂ ਆਪਾਂ ਮੋਡੀਫਾਈ ਕਰਕੇ ਇਹਨੂੰ ਦਿੱਤਾ 18 ਦੇ ਟਾਇਰਾਂ 'ਚ ਇਹ ਤਾਂ 22 ਦੇ ਟਾਇਰ ਕਹਿੰਦੇ ਨੇ ਚਲੋ ਆਪਾਂ 18 ਦੇ ਟਾਇਰਾਂ 'ਚ ਤਿਆਰ ਕਰਕੇ ਦੇਵਾਂਗੇ ਅਤੇ ਉਸ ਦਿਨ ਵੀ ਤੁਸੀਂ ਦੱਸਿਓ ਵੀ ਸਾਡਾ ਕੰਮ ਕਿਹੋ ਜਿਹਾ ਗਾ ਅਤੇ ਆ ਜੋ ਤੁਸੀਂ ਹੈਗਾ ਜੀ ਅਤੇ ਇਹ ਵੀਰ ਆਪਣੇ ਕੋਲ ਆਏ ਆ ਰਾਤ ਦੇ ਆਪਾਂ ਇਕੱਠੇ ਹਾਂ ਰਹੇ ਹਾਂਗੇ ਅਤੇ ਅੱਗੇ ਤੁਸੀਂ ਸਾਰਾ ਸਾਨੂੰ ਸੁਝਾਅ ਵੀ ਦਿਓ ਇਹਦੇ ਬਾਰੇ ਵੀ ਆਪਾਂ ਇਹਦੇ ਵਿੱਚ ਕੀ ਲਾਈਏ ਕੀ ਨਵਾਂ ਤਬਦੀਲੀ ਕਰੀਏ ਸਾਈਡ ਗੇਅਰ ਕਰੀਏ ਇਹਨੂੰ ਜਾਂ ਸੈਂਟਰ ਗੇਅਰ ਹੀ ਰੱਖੀਏ ਅਤੇ ਜਿਹੜੇ ਬ੍ਰੇਕ ਨੇ ਉਹ ਆਪਾਂ ਡਿਸਕ ਬ੍ਰੇਕ ਕਰੀਏ ਇਹਦੇ ਜਾਂ ਕੰਪਨੀ ਮੁਤਾਬਕ ਕਰੀਏ ਜਾਂ ਸੁੱਕੇ ਕਰੀਏ ਜਿਹੜਾ ਇੰਜਨ ਹੈ ਇਹਦਾ ਸਿੰਪਲ ਰੱਖੀਏ ਆਪਾਂ ਜਾਂ 90 HP ਕਰੀਏ ਤੁਸੀਂ ਇਹ ਸਾਨੂੰ ਕਮੈਂਟਾਂ ਦੇ ਵਿੱਚ ਸੁਝਾਅ ਦਿਓ ਅਸੀਂ ਤੁਹਾਡੇ ਕਮੈਂਟ ਪੜ੍ਹਨ ਦੇ ਉਡੀਕ ਰਹਾਂਗੇ ਤੁਹਾਡੇ ਕਮੈਂਟਾਂ ਦੀ ਉਡੀਕ ਰੱਖਾਂਗੇ ਮੈਂ ਤੁਹਾਨੂੰ ਅਸੀਂ ਜਵਾਬ ਵੀ ਦੇਵਾਂਗੇ ਅਤੇ ਸਾਨੂੰ ਦਿਓ ਇਜਾਜ਼ਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ